ਸੋ ਇਹ ਇਸ ਗੀਤ ਦੇ ਵਿੱਚ ਮੈਂ ਐਜ਼ ਅ ਡਾਇਰੈਕਟਰ ਨਹੀਂ ਆਪਣੇ ਆਪ ਨੂੰ ਦੇਖ ਰਿਹਾ ਐਜ਼ ਅ ਫਾਦਰ ਵੇਖ ਰਿਹਾ ਸੋ ਮੈਨੂੰ ਲੱਗਿਆ ਕਿ ਇਹ ਉਹ ਗੀਤ ਆ ਜੋ ਮੈਂ ਕਹਿ ਸਕਦਾ ਆਪਣੀ ਬੇਟੀ ਨੂੰ ਕਿ ਆ ਮੈਂ ਤੇਰੇ ਲਈ ਬਣਾਇਆ ਹੈ ਨਾ ਸੋ ਅੱਜ ਤੋਂ 50 ਸਾਲ ਬਾਅਦ ਜਦੋਂ ਕਿਤੇ ਵੇਖੂਗੀ ਤੇ ਉਹ ਵੀ ਅੱਗੇ ਗਾਂ ਜਨਰੇਸ਼ਨ ਨੂੰ ਦੱਸੂਗੀ ਕਿ ਆ ਮੇਰੇ ਪਾਪਾ ਨੇ ਮੇਰੇ ਲਈ ਬਣਾਇਆ ਭਾਅ ਜੀ ਬਹੁਤ ਘੱਟ ਲੋਕ ਜਾਣਦੇ ਨੇ ਕਿ ਜੋ ਬਹੁਤ ਵੱਡੀਆਂ ਫਿਲਮਾਂ ਬਣੀਆਂ ਨੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਸੋ ਕਿਤੇ ਨਾ ਕਿਤੇ ਤੁਸੀਂ ਉਹਨਾਂ ਫਿਲਮਾਂ ਨਾਲ ਜੁੜੇ ਹੋ ਹਨਾ ਕਦੇ ਕਿਸੇ ਫਿਲਮ ਲਈ ਕਲੈਪ ਤੁਸੀਂ ਫੜੀ ਹੱਥ ਦੇ ਵਿੱਚ ਔਰ ਬਹੁਤ ਮਿਹਨਤ ਕੀਤੀ ਆ ਸੋ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਜਿੰਨੀ ਵੀ ਮਿਹਨਤ ਕੀਤੀ ਸੀ ਉਹਦਾ ਫਲ ਬਾਬਾ ਜੀ ਨੇ ਹੁਣ ਦੇਣਾ ਸ਼ੁਰੂ ਕਰਤਾ ਆ ਬਿਲਕੁਲ ਇਸ ਗੱਲ ਪਿੱਛੇ ਕੋਈ ਦੋ ਰਾਏ ਹੈ ਹੀ ਨਹੀਂ ਉਹ ਮੈਨੂੰ ਦੱਸਦੇ ਆ ਕਿ ਤੇਰੇ ਡੈਡ ਫਿਲਮ ਲਾਈਨ ਦੇ ਇੰਨੇ ਸ਼ੌਕੀਨ ਸੀਗੇ ਮਤਲਬ ਉਹਨਾਂ ਨੇ 1-1 ਰੁਪਈਆ ਇਕੱਠਾ ਕਰਕੇ ਮਾਇਆਪੁਰੀ ਆਉਂਦੀ ਹੁੰਦੀ ਸੀ ਮੈਗਜ਼ੀਨ ਉਹ ਸਾਰੀ ਪੜ੍ਹਨੀ ਅਤੇ ਸਾਨੂੰ ਆ ਕੇ ਸੁਣਾਉਣੀ ਅੱਜ ਉਹਨੇ ਆਹ ਕਰਤਾ ਰਾਜੇਸ਼ ਖੰਨਾ ਸਾਹਿਬ ਦੇ ਬਹੁਤ ਵੱਡੇ ਫੈਨ ਸੀ ਹਮੇਸ਼ਾ ਮੈਂ ਗੱਲ ਕਰਦਾ ਹੁੰਦਾ ਕਿ ਜੋ ਤੁਸੀਂ ਡਿਜ਼ਾਇਰ ਇਸ ਜਨਮ 'ਚ ਮੰਗੀ ਆ ਨਾ ਜੇ ਬਾਈ ਚਾਂਸ 1% ਤੁਹਾਨੂੰ ਨਹੀਂ ਮਿਲੀ ਤਾਂ ਰੱਬ ਨੇ ਤੁਹਾਨੂੰ ਅਗਲੇ ਜਨਮ 'ਚ ਪਹਿਲੇ ਉਹ ਦੇਣੀ ਆ ਮੰਨ ਲਓ ਮੇਰੀ ਡਿਜ਼ਾਇਰ ਆ ਕਿ ਮੈਂ ਜੈਗਵਾਰ ਗੱਡੀ ਲੈਣੀ ਆ ਐਗਜ਼ਾਮਪਲ ਅਤੇ ਜੇ ਬਾਈ ਚਾਂਸ ਮੈਨੂੰ ਨਹੀਂ ਮਿਲੀ ਤਾਂ ਅਗਲੇ ਜਨਮ 'ਚ ਪਹਿਲੇ ਰੱਬ ਨੇ ਕਹਿਣਾ ਕਿ ਆਹ ਫੜ ਜੈਗਵਾਰ ਹੁਣ ਬਾਅਦ 'ਚ ਦਊਂਗਾ ਜਦੋਂ ਹੁਣ ਮੰਗ ਰਿਹਾ ਪਹਿਲੇ ਤੂੰ ਆਹ ਮੰਗੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਫੇਮਸ ਪੰਜਾਬ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਜੀ ਔਰ ਮੈਂ ਹਾਂ ਸੋਹਿਲ ਖਾਨ ਦੋਸਤੋ ਜਨਜੋਤ ਭਾਅ ਜੀ ਔਰ ਸੀਮਾ ਕੌਸ਼ਲ ਮੈਮ ਸਾਡੇ ਨਾਲ ਇਸ ਵਕਤ ਮੌਜੂਦ ਨੇ ਜੀ ਸੋ ਅੱਜ ਆਪਾਂ ਇੱਕ ਗਾਣੇ ਬਾਰੇ ਗੱਲਬਾਤ ਕਰਨ ਵਾਲੇ ਹਾਂ ਗਾਣੇ ਦਾ ਨਾਮ ਹੈਗਾ ਜੀ ਧੀਏ ਜਿਸ ਨੂੰ ਬੀਰ ਸਿੰਘ ਭਾਅ ਜੀ ਨੇ ਲਿਖਿਆ ਅਤੇ ਗਾਇਆ ਆ ਔਰ ਜਨਜੋਤ ਭਾਅ ਜੀ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਆ ਸੋ ਗੱਲਬਾਤ ਕਰਾਂਗੇ ਇਸ ਗਾਣੇ ਬਾਰੇ ਔਰ ਉਹਨਾਂ ਦੀ ਜ਼ਿੰਦਗੀ ਬਾਰੇ ਤੋ ਇਸ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਅ ਜੀ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਫੇਮਸ ਟੀਵੀ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਮੇਰੇ ਦੇਖਣ ਵਾਲੇ ਦਰਸ਼ਕ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਈਟ ਸੋ ਜਨਜੋਤ ਭਾਅ ਜੀ ਤੁਸੀਂ ਇਹ ਫਾਈਨਲ ਕਰਤਾ ਜੀ ਕਿ ਆਪਾਂ ਮਤਲਬ ਪਿਆਰ ਮੁਹੱਬਤ ਦੀ ਹੀ ਗੱਲ ਕਰਨੀ ਆ ਰਿਸ਼ਤਿਆਂ ਦੀ ਹੀ ਗੱਲ ਕਰਨੀ ਆ ਔਰ ਜਿੱਥੇ ਵੀ ਰਿਸ਼ਤਿਆਂ ਦੀ ਗੱਲ ਹੋ ਰਹੀ ਆ ਉੱਥੇ ਚਲੇ ਜਾਣਾ ਆਪੇ ਅਤੇ ਖੁਦ ਨੂੰ ਪੇਸ਼ ਕਰਨਾ ਕਿ ਇਹ ਕੰਮ ਮੈਂ ਕਰਦਾ ਹਾਂ ਇਹ ਹਰ ਇੱਕ ਦੀ ਡਿਊਟੀ ਲੱਗੀ ਹੋਈ ਹੈ ਜੀ ਸੋ ਆਪਣੇ ਆਪ ਜਦੋਂ ਤੁਹਾਡੀ ਡਿਊਟੀ ਲੱਗੀ ਹੁੰਦੀ ਆ ਮਾਰੇ ਨੇ ਤੁਹਾਨੂੰ ਆਪਣੇ ਆਪ ਉਸ ਵੱਲ ਤੱਕ ਦੇਣਾ ਸੋ ਮੈਂ ਬਲੈਸਡ ਹਾਂ ਕਿ ਆਹ ਗੀਤ ਮੈਨੂੰ ਕਰਨ ਦਾ ਮੌਕਾ ਦਿੱਤਾ ਵੀਰ ਭਾਅ ਜੀ ਨੇ ਸੋ ਜਦੋਂ ਮੈਂ ਗੀਤ ਸੁਣਿਆ ਸੀਗਾ ਸੋ ਮੈਨੂੰ ਇਹ ਲੱਗਿਆ ਕਿ ਇਹ ਗੀਤ ਇੱਕ ਡਾਇਰੈਕਟਰ ਨਹੀਂ ਬਣਾਊਗਾ ਇੱਕ ਫਾਦਰ ਆਪਣੀ ਬੇਟੀ ਲਈ ਬਣਾਊਗਾ ਸੋ ਇਸ ਗੀਤ ਦੇ ਵਿੱਚ ਮੈਂ ਐਜ਼ ਅ ਡਾਇਰੈਕਟਰ ਨਹੀਂ ਆਪਣੇ ਆਪ ਨੂੰ ਦੇਖ ਰਿਹਾ ਐਜ਼ ਅ ਫਾਦਰ ਵੇਖ ਰਿਹਾ ਸੋ ਮੈਨੂੰ ਲੱਗਿਆ ਕਿ ਇਹ ਉਹ ਗੀਤ ਆ ਜੋ ਮੈਂ ਕਹਿ ਸਕਦਾ ਆਪਣੀ ਬੇਟੀ ਨੂੰ ਕਿ ਆ ਮੈਂ ਤੇਰੇ ਲਈ ਬਣਾਇਆ ਹੈ ਨਾ ਸੋ ਅੱਜ ਤੋਂ 50 ਸਾਲ ਬਾਅਦ ਜਦੋਂ ਕਿਤੇ ਵੇਖੂਗੀ ਤੇ ਉਹ ਵੀ ਅੱਗੇ ਗਾਂ ਜਨਰੇਸ਼ਨ ਨੂੰ ਦੱਸੂਗੀ ਕਿ ਆ ਮੇਰੇ ਪਾਪਾ ਨੇ ਮੇਰੇ ਲਈ ਬਣਾਇਆ ਕਿਆ ਬਾਤ ਹੈ ਸੋ ਭਾਅ ਜੀ ਬਹੁਤ ਘੱਟ ਲੋਕ ਜਾਣਦੇ ਨੇ ਕਿ ਜੋ ਬਹੁਤ ਵੱਡੀਆਂ ਫਿਲਮਾਂ ਬਣੀਆਂ ਨੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਸੋ ਕਿਤੇ ਨਾ ਕਿਤੇ ਤੁਸੀਂ ਉਹਨਾਂ ਫਿਲਮਾਂ ਨਾਲ ਜੁੜੇ ਹੋ ਹਨਾ ਕਦੇ ਕਿਸੇ ਫਿਲਮ ਲਈ ਕਲੈਪ ਤੁਸੀਂ ਫੜੀ ਹੱਥ ਦੇ ਵਿੱਚ ਔਰ ਬਹੁਤ ਮਿਹਨਤ ਕੀਤੀ ਆ ਸੋ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਜਿੰਨੀ ਵੀ ਮਿਹਨਤ ਕੀਤੀ ਸੀ ਉਹਦਾ ਫਲ ਬਾਬਾ ਜੀ ਨੇ ਹੁਣ ਦੇਣਾ ਸ਼ੁਰੂ ਕਰਤਾ ਆ ਬਿਲਕੁਲ ਇਸ ਗੱਲ ਪਿੱਛੇ ਕੋਈ ਦੋ ਰਾਏ ਹੈ ਹੀ ਨਹੀਂ ਮੈਂ ਨਾ ਮੈਂ ਡੈਡ ਨਾਲ ਨਾ ਦਿਲ ਦੀਆਂ ਗੱਲਾਂ ਬਹੁਤ ਘੱਟ ਕਰ ਸਕਿਆ ਕਿਉਂਕਿ 12th ਤੋਂ ਬਾਅਦ ਮੈਂ ਇੱਧਰ ਆ ਗਿਆ ਚੰਡੀਗੜ੍ਹ ਪੜ੍ਹਨ ਆ ਗਿਆ ਸੋ 12th ਤੋਂ ਬਾਅਦ ਜਿੰਨਾ ਘਰ ਜਾਣਾ ਉਹ ਆਪਣਾ ਰੋਜ਼ ਰਜੇਵੇਂ ਦੀਆਂ ਗੱਲਾਂ ਕਰਨੀਆਂ ਹੁਣ ਜਦੋਂ ਡੈਡ ਹੈ ਨਹੀਂ ਮੈਂ ਉਹਨਾਂ ਦੇ ਦੋਸਤਾਂ ਨਾਲ ਜਦੋਂ ਗੱਲਾਂ ਕਰਦਾ ਨਾ ਜਦੋਂ ਮੈਨੂੰ ਡੈਡੀ ਦੀ ਯਾਦ ਆਉਂਦੀ ਹੈ ਮੈਂ ਉਹਨਾਂ ਦੋਸਤਾਂ ਨੂੰ ਕਾਲ ਲਾ ਲੈਂਦਾ ਜਿਹੜੇ ਉਹਨਾਂ ਦੇ ਬਹੁਤ ਨੇੜੇ ਆ ਉਹ ਮੈਨੂੰ ਦੱਸਦੇ ਆ ਕਿ ਤੇਰੇ ਡੈਡ ਫਿਲਮ ਲਾਈਨ ਦੇ ਇੰਨੇ ਸ਼ੌਕੀਨ ਸੀਗੇ ਮਤਲਬ ਉਹਨਾਂ ਨੇ 1-1 ਰੁਪਈਆ ਇਕੱਠਾ ਕਰਕੇ ਮਾਇਆਪੁਰੀ ਆਉਂਦੀ ਹੁੰਦੀ ਸੀ ਮੈਗਜ਼ੀਨ ਉਹ ਸਾਰੀ ਪੜ੍ਹਨੀ ਅਤੇ ਸਾਨੂੰ ਆ ਕੇ ਸੁਣਾਉਣੀ ਅੱਜ ਉਹਨੇ ਆਹ ਕਰਤਾ ਰਾਜੇਸ਼ ਖੰਨਾ ਸਾਹਿਬ ਦੇ ਬਹੁਤ ਵੱਡੇ ਫੈਨ ਸੀ ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਸੁਪਨਾ ਮੈਂ ਪੂਰਾ ਕਰ ਰਿਹਾ ਮਤਲਬ ਮੇਰੇ ਤੋਂ ਪੂਰਾ ਹੋ ਰਿਹਾ ਸੋ ਤੁਸੀਂ ਸੋਚੋ ਪੰਜਾਬ ਦੀਆਂ ਪਹਿਲੀਆਂ 10 ਫਿਲਮਾਂ ਟੌਪ ਦੀਆਂ ਪਹਿਲੀਆਂ 10 ਫਿਲਮਾਂ ਜਿਹਦੇ 'ਚੋਂ 7 ਦੇ ਵਿੱਚ ਮੈਂ ਕੰਮ ਕੀਤਾ ਜਿਹਦੇ 'ਚੋਂ 3 ਫਿਲਮਾਂ ਮੇਰੀਆਂ ਆਪਣੀਆਂ ਨੇ ਚੱਲ ਮੇਰੇ ਪੁੱਤ 1, 2, 3 ਸੋ ਇਹ ਮਿਰੈਕਲ ਨਹੀਂ ਆ ਮੇਰੇ ਤੋਂ ਵੱਡੇ ਟੈਲੈਂਟਡ ਲੋਕ ਬੈਠੇ ਨੇ ਕਿੰਨੇ ਬੰਦੇ ਬੈਠੇ ਨੇ ਅਤੇ ਉਹਨਾਂ ਫਿਲਮਾਂ ਦੇ ਵਿੱਚ ਮੇਰਾ ਨਾਮ ਹੈ ਇਹ ਉਹਨਾਂ ਦਾ ਸੁਪਨਾ ਪੂਰਾ ਹੋ ਰਿਹਾ ਸੋ ਮੈਨੂੰ ਲੱਗਦਾ ਕਿ ਮੈਂ ਮਹਾਰਾਜ ਨੇ ਮੇਰੀ ਡਿਊਟੀ ਲਾਈ ਆ ਕਿ ਤੂੰ ਆਪਣੇ ਡੈਡ ਦਾ ਸੁਪਨਾ ਪੂਰਾ ਕਰਨਾ ਸੋ ਮੈਂ ਹਰ ਇੱਕ ਗਾਣਾ ਫਿਲਮ ਉਹ ਸੋਚ ਕੇ ਸ਼ੁਰੂ ਕਰਦਾ ਜੀ ਕਪਿਲ ਭਾਅ ਜੀ ਦੀ ਗੱਲ ਯਾਦ ਆ ਗਈ ਕਿ ਸੁਪਨੇ ਟਰੈਵਲ ਕਰਦੇ ਆ ਇੱਦਾਂ ਬਿਲਕੁਲ ਕਰਦੇ ਬਿਲਕੁਲ ਡਿਜ਼ਾਇਰ ਬੇਸਿਕਲੀ ਡਿਜ਼ਾਇਰ ਆ ਹਮੇਸ਼ਾ ਮੈਂ ਗੱਲ ਕਰਦਾ ਹੁੰਦਾ ਕਿ ਜੋ ਤੁਸੀਂ ਡਿਜ਼ਾਇਰ ਇਸ ਜਨਮ 'ਚ ਮੰਗੀ ਆ ਨਾ ਜੇ ਬਾਈ ਚਾਂਸ 1% ਤੁਹਾਨੂੰ ਨਹੀਂ ਮਿਲੀ ਅਤੇ ਰੱਬ ਨੇ ਤੁਹਾਨੂੰ ਅਗਲੇ ਜਨਮ 'ਚ ਪਹਿਲੇ ਉਹ ਦੇਣੀ ਆ ਮੰਨ ਲਓ ਮੇਰੀ ਡਿਜ਼ਾਇਰ ਆ ਕਿ ਮੈਂ ਜੈਗਵਾਰ ਗੱਡੀ ਲੈਣੀ ਆ ਐਗਜ਼ਾਮਪਲ ਅਤੇ ਜੇ ਬਾਈ ਚਾਂਸ ਮੈਨੂੰ ਨਹੀਂ ਮਿਲੀ ਤਾਂ ਅਗਲੇ ਜਨਮ 'ਚ ਪਹਿਲੇ ਰੱਬ ਨੇ ਕਹਿਣਾ ਕਿ ਆਹ ਫੜ ਜੈਗਵਾਰ ਹੁਣ ਬਾਅਦ 'ਚ ਦਊਂਗਾ ਜਦੋਂ ਹੁਣ ਮੰਗ ਰਿਹਾ ਪਹਿਲੇ ਤੂੰ ਆਹ ਮੰਗੀ ਸੀ ਸੋ ਜਿਹੜੀ ਡਿਜ਼ਾਇਰ ਆ ਉਹ ਕਿੰਨੀ ਤੁਹਾਡੀ ਸਟਰੋਂਗ ਆ ਕੀ ਤੁਸੀਂ
ਉਹਦੇ ਪਿੱਛੇ ਕੀ ਕਰਦੇ ਹੋ? ਇੱਕ ਬੜੀ ਕਹਾਣੀ ਹੈ ਕਿ ਉਹ ਕਹਿੰਦੇ ਯਾਰ ਜਿੰਨੇ ਵੀ ਐਕਟਰਸ ਹੋਏ ਨੇ ਨਾ, ਸ਼ਾਹਰੁਖ, ਸਲਮਾਨ, ਜੋ ਵੀ ਕੋਈ ਵੱਡੇ ਅਹੁਦੇ 'ਤੇ ਪਹੁੰਚਿਆ, ਚਾਹੇ ਪ੍ਰਾਈਮ ਮਿਨਿਸਟਰ ਹੈ ਕੋਈ ਵੀ, ਉਹਨਾਂ ਦੀ ਇੱਕ ਜਨਮ ਦੀ ਮਿਹਨਤ ਨਹੀਂ ਹੈ, ਇਹਨਾਂ ਦੀ ਪਤਾ ਨਹੀਂ ਕਿੰਨੇ ਜਨਮਾਂ ਦੀ ਮਿਹਨਤ ਹੈ ਜੋ ਇਸ ਟਾਈਮ ਸੁਪਰ ਸਟਾਰ ਨੇ। ਸੋ ਕਿਸੇ ਆਡੀਸ਼ਨ ਦੀ ਤਿਆਰੀ ਕਰਦੇ ਸੀ, ਕਹਿੰਦੇ ਮੈਂ ਅਗਲੇ ਜਨਮ ਦੀ ਤਿਆਰੀ ਕਰਦਾ। ਸੋ ਉਹੀ ਗੱਲ ਆ। ਹਾਂ, ਅਤੇ ਇਹ ਮਾਰਨ ਨਹੀਂ ਦਿੱਤਾ, ਹੋ ਸਕਦਾ ਪਤਾ ਨਹੀਂ ਮੇਰੇ ਫਾਦਰ ਸਾਹਿਬ ਦੀ ਡਿਜ਼ਾਇਰ ਸੀਗੀ ਜਾਂ ਕੀ, ਮਤਲਬ ਕਿਹਦੀ ਡਿਜ਼ਾਇਰ ਸੀ ਜੋ ਮਹਾਰਾਜ ਇਸ ਜਨਮ 'ਚ ਮੇਰੇ ਤੋਂ ਪੂਰਾ ਕਰਵਾ ਰਿਹਾ। ਰਾਈਟ। ਸੋ ਸੀਮਾ ਜੀ, ਮਤਲਬ ਇਹ ਕਮਾਲ ਆ ਇੱਕ ਐਕਟਰ ਦੀ ਲਾਈਫ ਲਈ ਕਿ ਕੰਮ ਵੀ ਕਰਨਾ ਔਰ ਪੈਸੇ ਵੀ ਕਮਾਉਣਾ, ਪਿਆਰ ਵੀ ਇਕੱਠਾ ਕਰਨਾ, ਦੁਆਵਾਂ ਵੀ ਇਕੱਠੀਆਂ ਕਰਨੀਆਂ ਔਰ ਸਕੂਨ ਵੀ ਮਿਲਣਾ। ਸੋ ਇੱਦਾਂ ਦੇ ਜਦੋਂ ਤੁਸੀਂ ਪ੍ਰੋਜੈਕਟ ਕਰਦੇ ਹੋ, ਫਿਲਮਾਂ ਕਰਦੇ ਹੋ, ਗਾਣੇ ਕਰਦੇ ਹੋ, ਸੋ ਕਿੰਨਾ ਕੁ ਸਕੂਨ ਮਿਲਦਾ ਹੈ ਉਦੋਂ? ਬਹੁਤ ਵਧੀਆ ਲੱਗਦਾ ਹੈ, ਬਹੁਤ ਖੁਸ਼ੀ ਹੁੰਦੀ ਹੈ। ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਜੋ ਚੀਜ਼ ਤੁਹਾਡੇ ਰੂਹ ਤੋਂ ਹੁੰਦੀ ਹੈ ਅਤੇ ਅਸੀਂ ਉਹ ਰੂਹ ਤੋਂ ਕਰਦੇ ਹਾਂ, ਰੂਹ ਨੂੰ ਸਕੂਨ ਵੀ ਮਿਲਦਾ ਅਤੇ ਪੈਸੇ ਵੀ ਮਿਲਦੇ ਹੈ। ਅਤੇ ਫਿਰ ਪੈਸੇ ਤੋਂ ਇਲਾਵਾ ਸਾਨੂੰ ਇੰਨੀ ਸ਼ੋਹਰਤ, ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ, ਕਿਸੇ ਡਾਕਟਰ ਦੇ ਚਲੇ ਜਾਂਦੇ ਹਾਂ, ਉੱਥੇ ਲੰਬੀਆਂ ਲਾਈਨਾਂ ਲੱਗੀਆਂ ਨੇ ਤਾਂ ਭੀੜ ਤੋਂ ਹਟ ਕੇ ਸਾਨੂੰ ਬੁਲਾਇਆ ਜਾਂਦਾ, ਜਦੋਂ ਕਿ ਜਾਣਾ ਤਾਂ ਨਹੀਂ ਚਾਹੀਦਾ ਲਾਈਨ ਤੋੜ ਕੇ। ਲੇਕਿਨ ਇਹ ਅਸੀਂ ਵੀ ਕਹਿੰਦੇ ਹਾਂ ਨਾ ਕਿ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮਿਹਨਤ ਹੈ ਕਿ ਇੱਕ ਵੱਖਰਾ ਟ੍ਰੀਟਮੈਂਟ ਮਿਲਣਾ ਸਾਨੂੰ, ਉਹ ਰੱਬ ਨੇ ਭੀੜ ਤੋਂ ਹਟ ਕੇ ਖੜ੍ਹੇ ਕਰਤਾ। ਮਤਲਬ ਅਸੀਂ ਆਪਣੇ ਆਪ ਨੂੰ ਕਹਿੰਦੇ ਵੀ ਪਰਮਾਤਮਾ ਪਤਾ ਨਹੀਂ ਇਸ ਜਨਮ 'ਚ ਤਾਂ ਕੋਈ ਇੱਦਾਂ ਦਾ ਕੁਛ ਕੀਤਾ ਨਹੀਂ, ਪਤਾ ਨਹੀਂ ਕਿਹੜੇ ਜਨਮ ਦਾ ਤੂੰ ਸਾਨੂੰ ਇਹ ਫਲ ਦਿੱਤਾ। ਅਤੇ ਅਸੀਂ ਆਪਣੇ ਸ਼ੌਂਕ ਦਾ ਸਾਨੂੰ ਪੈਸੇ ਮਿਲ ਰਹੇ, ਸਾਡੇ ਸ਼ੌਂਕ, ਜੋ ਸਾਡਾ ਸ਼ੌਂਕ ਸੀਗਾ ਅਸੀਂ ਹੁਣ ਉਹਦਾ ਪ੍ਰੋਫੈਸ਼ਨ। ਮਤਲਬ ਮੈਂ ਮੈਮ ਦਾ ਫੈਨ ਸੀਗਾ ਜਦੋਂ ਮਨਜੀ ਦੀਆਂ ਫਿਲਮ ਆਉਂਦੀ ਜੀ ਆਇਆਂ ਨੂੰ ਜਾਂ ਉਸ ਤੋਂ ਬਾਅਦ, ਹੈ ਨਾ, ਦਿਲ ਆਪਣਾ ਪੰਜਾਬੀ 'ਚ ਸੀਗੇ ਨਾ, ਉਦੋਂ ਦਾ ਮੈਂ ਫੈਨ ਸੀ। ਅਤੇ ਮੈਨੂੰ ਪਤਾ ਉਦੋਂ ਮੇਰਾ ਫਿਲਮ ਲਾਈਨ 'ਚ ਆਉਣ ਦਾ ਕੋਈ ਵੀ ਉਹ ਨਹੀਂ ਸੀਗਾ ਕਿ ਮੈਂ ਫਿਲਮ ਲਾਈਨ 'ਚ ਜਾਣਾ। ਅਤੇ ਅੱਜ ਅਸੀਂ ਮਤਲਬ ਇਕੱਠੇ ਕੰਮ ਕਰ ਰਹੇ ਹਾਂ। ਸੋ ਇਹ ਬਲੈਸਿੰਗ, ਮਤਲਬ ਉਹੀ ਹੈ ਬਲੈਸਿੰਗਸ ਨੇ, ਅਤੇ ਮਤਲਬ ਰਾਈਟ। ਸੋ ਇਹ ਇਹੀ ਹੈ ਕਿ ਇੱਕ ਸਾਡਾ ਇੱਕ ਸਰਕਲ ਬਣਿਆ ਹੋਇਆ। ਜਦੋਂ ਮੈਨੂੰ ਜਨਜੋਤ ਨੇ ਕਾਲ ਕੀਤੀ, ਰੱਬ ਦਾ ਰੇਡੀਓ ਦੇ ਲਈ ਕਾਲ ਆਈ, ਮੈਂ ਕਿਹਾ ਵੀ ਮੈਂ ਤਾਂ ਇੱਕ ਫਿਲਮ ਹੋਰ ਪਕੜੀ ਹੋਈ ਸੀ, ਮੈਂ ਕਿਹਾ ਮੈਂ ਤਾਂ ਡੇਟਾਂ ਦਿੱਤੀਆਂ ਨੇ ਇਹਨੇ, ਮੈਨੂੰ ਹੱਕ ਨਾਲ ਕਿਹਾ ਜਨਜੋਤ ਨੇ, ਨਹੀਂ ਤੁਸੀਂ ਉਹਨੂੰ ਛੱਡ ਦਿਓ, ਬਸ ਤੁਸੀਂ ਇਹ ਕਰਨੀ ਹੈ। ਫਿਰ ਜਸ ਗਰੇਵਾਲ, ਉਹਨਾਂ ਦਾ ਵੀ ਬਹੁਤ ਜ਼ਿਆਦਾ ਅਟੈਚਮੈਂਟ ਆ, ਉਹਨਾਂ ਨੇ ਵੀ ਕਿਹਾ ਮੈਮ ਤੁਸੀਂ ਉਹ ਛੱਡ ਦਿਓ, ਤੁਸੀਂ ਇਹ ਦੇਖਿਓ। ਮੈਨੂੰ ਲੱਗੇ ਕਿ ਵੀ ਜਿੱਦਾਂ ਇਹ ਮੈਨੂੰ ਫਿਲਮ ਦੱਸ ਰਹੇ ਨੇ, ਮੈਂ ਜਿਹੜੀ ਫਿਲਮ ਛੱਡ ਰਹੀ ਹਾਂ ਉਹਦਾ ਲੈਵਲ ਹੈ ਕੁਛ ਹੋਰ, ਮੈਂ ਉਹ ਕਰੂੰ। ਇਹ ਵਿਚਾਰੇ ਮੈਨੂੰ ਕਹਿਣ, ਨਹੀਂ ਤੁਹਾਨੂੰ ਜਿੰਨੇ ਪੈਸੇ ਦਿੰਦੇ ਹੋ ਪੈਸੇ ਵੀ ਵੱਧ ਦੇ ਦਿਆਂਗੇ, ਮੈਂ ਤੁਸੀਂ ਫਿਲਮ ਕਰ ਲਓ। ਪਰ ਫਿਰ ਹੁਣ ਮੈਨੂੰ ਇਹ ਲੱਗ ਰਿਹਾ ਵੀ ਨਹੀਂ, ਮੈਂ ਤਾਂ ਇੰਨੀ ਲੱਕੀ ਸੀ ਕਿ ਉਹ ਫਿਲਮ, ਦੇਖੋ ਰੱਬ ਦਾ ਰੇਡੀਓ ਇੱਕ ਕਮਾਲ ਫਿਲਮ ਹੈ। ਅਤੇ ਇਹ ਪਰਮਾਤਮਾ ਜਾਂ ਇਹਨਾਂ ਲੋਕਾਂ ਦੇ ਜ਼ਰੀਏ ਸਾਡੇ ਉਹ ਚੀਜ਼ਾਂ ਹਿੱਸੇ ਆਉਂਦੀਆਂ ਨੇ, ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ, ਕਿਉਂਕਿ ਮੈਨੂੰ ਵੀ ਇਹ ਚੀਜ਼ਾਂ ਦੀ ਭੁੱਖ ਰਹਿੰਦੀ ਹੈ। ਕਿਉਂਕਿ ਜਿੱਦਾਂ ਇਹ ਗਾਣਾ ਗੀਤ ਆ ਗਿਆ ਆਪਣਾ ਧੀਏ, ਜਾਂ ਹੋਰ ਜਨਜੋਤ ਦੇ ਜਿੰਨੇ ਵੀ ਸਬਜੈਕਟ ਹੁੰਦੇ ਆ, ਅਤੇ ਜਦੋਂ ਮੇਰੇ ਹਿੱਸੇ ਆਉਂਦੇ ਨੇ ਜਾਂ ਮੇਰੇ ਤੋਂ ਛੁੱਟ ਜਾਣ, ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਅਤੇ ਜਦੋਂ ਮੈਂ ਕੰਮ ਕਰ ਲਿਆ, ਤਾਂ ਮੈਂ ਹੁਣ ਮੈਨੂੰ ਇਹ ਲੱਗ ਰਿਹਾ ਵੀ ਪਰਮਾਤਮਾ, ਮੈਂ ਉਹਦਾ ਸ਼ੁਕਰੀਆ ਕਰਦੀ ਹਾਂ ਜਨਜੋਤ ਤੋਂ ਪਹਿਲਾਂ ਕਿ ਮੈਨੂੰ ਇਹ ਤੂੰ ਮਿਸ ਨਹੀਂ ਹੋਣ ਦਿੱਤਾ, ਕਿਉਂਕਿ ਮੇਰੇ ਹੱਥੋਂ ਜਾ ਰਿਹਾ ਸੀ। ਰਾਈਟ। ਸੋ ਭਾਅ ਜੀ, ਜਨੈਲ ਭਾਅ ਜੀ ਨਾਲ ਇੱਕ ਵਾਰੀ ਮੈਂ ਬੈਠਾ ਸੀਗਾ, ਸੋ ਮੈਨੂੰ ਕੁਝ ਸਿਖਾ ਰਹੇ ਸੀ, ਉਹ ਕੁਝ ਦੱਸ ਰਹੇ ਸੀਗੇ ਵੀ ਇੱਦਾਂ ਹੁੰਦਾ ਆ। ਮੈਂ ਭਾਅ ਜੀ ਨੂੰ ਕਿਹਾ, ਮੈਂ ਕਿਹਾ ਭਾਅ ਜੀ ਇਹ ਗੱਲ ਮੈਂ ਜਿਹੜੀ ਤੁਸੀਂ ਮੈਨੂੰ ਦੱਸ ਰਹੇ ਹੋ, ਮੈਂ ਜਨਜੋਤ ਭਾਅ ਜੀ ਦੇ ਵਿੱਚ ਵੀ ਵੇਖੀ ਆ। ਉਹ ਕਹਿੰਦੇ ਵੀ ਛਿੱਤਰ ਛਾਇਆ ਜਿਹੜੀ ਹੁੰਦੀ ਆ ਨਾ, ਉਹ ਬਹੁਤ ਮਾਇਨੇ ਰੱਖਦੀ ਆ। ਸੋ ਤੁਸੀਂ ਜੋ ਤੁਹਾਨੂੰ ਮਿਲਿਆ ਆ ਇੰਡਸਟਰੀ ਦੇ ਵਿੱਚ, ਅਮਰਿੰਦਰ ਭਾਅ ਜੀ ਦਾ ਸਾਥ ਮਿਲਿਆ ਆ, ਦਲਜੀਤ ਭਾਅ ਜੀ ਦੀ ਸੋਹਬਤ ਦੇ ਵਿੱਚ ਵੀ ਰਹੇ ਹੋ ਤੁਸੀਂ, ਸੋ ਛਿੱਤਰ ਛਾਇਆ ਦੀ ਜਿਹੜੀ ਗੱਲ ਕੀਤੀ ਸੀ ਜਰਨੈਲ ਭਾਅ ਜੀ ਨੇ, ਸੋ ਉਹ ਜਿਹੜੀ ਤੁਸੀਂ ਮੰਨਦੇ ਹੋ ਕਿ ਕੁਛ ਕੁਛ ਲੋਕ ਨੇ ਜਿਹੜੇ ਕਿ ਬਹੁਤ ਬਲੈਸਡ ਨੇ, ਤੁਸੀਂ ਉਹਨਾਂ ਨਾਲ ਰਹੇ ਹੋ, ਕੰਮ ਕੀਤੇ, ਉਹਨਾਂ ਦੀ ਛਿੱਤਰ ਛਾਇਆ ਦੇ ਵਿੱਚ ਰਹੇ ਹੋ, ਸੋ ਉਸ ਕਰਕੇ ਜ਼ਿੰਦਗੀ ਬਹੁਤ ਸੌਖੀ ਔਰ ਸੋਹਣੀ ਹੋਈ ਆ। ਬਿਲਕੁਲ, ਮੈਨੂੰ ਲੱਗਦਾ ਕਿ ਹਰ ਜਿਹੜਾ ਵੀ ਸ਼ਖਸ ਮੇਰੀ ਜ਼ਿੰਦਗੀ 'ਚ ਜਿਸ ਟਾਈਮ 'ਚ ਆਇਆ, ਉਸ ਟਾਈਮ 'ਚ ਉਸ ਸ਼ਖਸ ਦੀ ਲੋੜ ਸੀ। ਮੈਂ ਜੰਮੂ ਸੀਗਾ, ਕੋਈ ਸ਼ਖਸ ਆਇਆ ਜਿਨ੍ਹਾਂ ਨੇ ਮੇਰੀ ਬਾਂਹ ਫੜੀ, ਨਹੀਂ ਇਸ ਰਸਤੇ ਨਹੀਂ ਜਾਣਾ, ਇਸ ਰਸਤੇ ਜਾਣਾ, ਉਹਨਾਂ ਨੇ ਸੇਵਾ ਪਾਸੇ ਲਾਇਆ, ਸਰਦਾਰ ਨਵਜੀਤ ਸਿੰਘ ਜੀ ਖਾਲਸਾ। ਉਸ ਤੋਂ ਬਾਅਦ ਜਦੋਂ ਮੈਂ ਚੰਡੀਗੜ੍ਹ ਆਇਆ, ਕੋਰਸ ਖਤਮ ਹੋ ਗਿਆ, ਜੰਮੂ ਨੂੰ ਜਾਣ ਲੱਗਾ, ਜਰਨੈਲ ਭਾਈ ਨੇ ਬਾਂਹ ਫੜ ਲਈ, ਵਾਪਸ ਨਹੀਂ ਜਾਣਾ, ਇੱਥੇ ਕੰਮ ਕਰਨਾ। ਪ੍ਰੋਡਕਸ਼ਨ ਕੀਤੀ, ਪ੍ਰੋਡਕਸ਼ਨ ਖਤਮ ਹੋਈ, ਡਾਇਰੈਕਸ਼ਨ 'ਚ ਆਇਆ ਪਹਿਲੀ ਫਿਲਮ ਰੋਹਿਤ ਭਾਅ ਜੀ ਨਾਲ। ਸੋ ਮਤਲਬ ਜਦੋਂ ਜਦੋਂ ਜਿਸ ਸ਼ਖਸ ਦੀ ਲੋੜ ਪੈਂਦੀ ਰਹੀ, ਰੱਬ ਮੈਨੂੰ ਚੁੱਕ ਕੇ ਉਹ ਦਿੰਦਾ ਰਿਹਾ, ਚੱਲ ਭਾਈ ਤੇਰੀ ਲੋੜ ਇੱਥੇ ਹੈ। ਸੋ ਇਹ ਸਭ ਬਲੈਸਿੰਗਸ ਨੇ, ਦਾਦਾ ਦਾਦੀ ਦੀਆਂ, ਮਤਲਬ ਪਰਿਵਾਰ ਦੀਆਂ ਬਲੈਸਿੰਗਸ ਹੁੰਦੀਆਂ ਨੇ ਜੋ ਤੁਸੀਂ ਕਰਦੇ ਹੋ। ਆਪ ਤੁਸੀਂ ਸਿਰਫ ਹਿੰਮਤ ਕਰ ਸਕਦੇ ਹੋ, ਕੋਸ਼ਿਸ਼ ਕਰ ਸਕਦੇ ਹੋ, ਕੋਸ਼ਿਸ਼ ਹਰ ਬੰਦਾ ਕਰਦਾ, ਬਟ ਹਰ ਬੰਦੇ ਦੇ ਹਿੱਸੇ ਆ ਚੀਜ਼ਾਂ ਨਹੀਂ ਹੁੰਦੀਆਂ, ਉਹਦੇ ਪਿੱਛੇ ਬਲੈਸਿੰਗਸ ਹੁੰਦੀਆਂ ਨੇ। ਮੇਰੀ ਦਾਦੀ ਹਮੇਸ਼ਾ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਕਿ
ਰੱਬ ਤੈਨੂੰ ਇੰਨਾ ਦੇਵੇ ਤੇਰੇ ਤੋਂ ਗਿਣਿਆ ਨਾ ਜਾਵੇ। ਅੱਜ ਚਾਹੇ 2 ਰੁਪਏ ਨਾ ਮੈਨੂੰ ਵੀ ਨਹੀਂ ਪਤਾ 2 ਰੁਪਏ ਪਤਾ ਨਹੀਂ ਇਸ ਪਿੰਡ 'ਚ ਹੈ ਕਿ ਉਸ ਪਿੰਡ 'ਚ ਹੈ। ਸੋ ਗੱਲ ਓਨੀ ਆ ਕਿ ਮੈਨੂੰ ਪੈਸਿਆਂ ਦਾ ਪਤਾ ਹੀ ਨਹੀਂ ਹੁੰਦਾ, ਮੇਰੇ ਤੋਂ ਗਿਣਤੀ ਨਹੀਂ ਹੁੰਦੀ। ਧਰ ਭੁੱਲੇ ਤੇ ਉਹ ਗੱਲਾਂ ਨੇ, ਚਾਹੇ ਅੱਜ 2 ਰੁਪਏ ਆ ਚਾਹੇ 200 ਆ, ਤੇ ਮੈਨੂੰ ਉਹਦਾ ਹਿਸਾਬ ਨਹੀਂ ਪਤਾ ਕਿ ਯਾਰ ਪਤਾ ਨਹੀਂ ਕਿਹੜੇ ਪਜਾਮੇ 'ਚ ਰਹਿ ਗਏ। ਸੋ ਮੈਂ ਉਹ ਰਿਲੇਟ ਕਰਦਾ ਹੁੰਦਾ ਗੱਲਾਂ। ਸੋ ਉਹਨਾਂ ਦੀ ਪਿਓਰ ਬਲੈਸਿੰਗਸ ਨੇ। ਅੱਜ ਕੱਲ੍ਹ ਤਾਂ ਲੋਕ ਦਵਾਵਾਂ ਦੇਣੇ ਹੀ ਭੁੱਲ ਗਏ, ਹੈ ਨਾ, ਉਹ ਸ਼ਬਦ ਹੀ ਭੁੱਲ ਗਏ ਜੋ ਸਾਡੀ ਦਾਦਾ ਦਾਦੀ ਸਾਨੂੰ ਦਿੰਦੇ ਹੁੰਦੇ ਸੀ। ਬਲੈਸਿੰਗਸ ਉਹ ਬੜੀ ਇੰਨੀ ਪਿਓਰ ਬਲੈਸਿੰਗਸ ਹੁੰਦੀ ਸੀ, ਜਦੋਂ ਉਹਨਾਂ ਨੇ ਦੇਣੀਆਂ ਉਹ ਉਸੇ ਟਾਈਮ ਅੱਖਾਂ 'ਚ ਅੱਥਰੂ ਆ ਜਾਣੇ ਕਿ ਯਾਰ ਇੰਨੀ ਡੂੰਘੀ ਗੱਲ ਕਿਵੇਂ ਕੋਈ ਬੰਦਾ ਕਰ ਸਕਦਾ। ਸੋ ਉਹ ਅੱਜ ਕੱਲ੍ਹ ਸ਼ਬਦ ਹੀ ਭੁੱਲ ਗਏ, ਉਹ ਬਲੈਸਿੰਗਸ ਹੀ ਗਵਾਚ ਗਈਆਂ। ਰਾਈਟ। ਸੋ ਹੁਣ ਅਖੀਰ ਦੇ ਵਿੱਚ ਧੀ ਬਾਰੇ ਗੱਲ ਹੋ ਰਹੀ ਆ। ਸੋ ਹੈ ਨਾ, ਜਿਵੇਂ ਤੁਸੀਂ ਕਿਹਾ ਕਿ ਸੁਪਨੇ ਟਰੈਵਲ ਕਰਦੇ ਨੇ, ਫਾਦਰ ਸਾਹਿਬ ਨੇ ਸੁਪਨਾ ਲਿਆ ਸੀਗਾ, ਜਦੋਂ ਸਿੱਦਕ ਨੂੰ ਸਕਰੀਨ ਦੇ ਉੱਤੇ ਵੇਖਦੇ ਹੋ, ਸੋ ਲੱਗਦਾ ਹੈ ਕਿ ਹਾਂ ਇਹ ਦਾਦਾ ਜੀ ਦਾ ਵੀ ਸੁਪਨਾ ਮਿਲਾ ਤਾਂ ਇਹ ਜੀਊਗੀ? ਹਾਂ ਬਿਲਕੁਲ, ਉਹ ਦਾਦਾ ਜੀ ਮੇਰੇ ਡੈਡ ਦੀਆਂ ਕਈ ਆਦਤਾਂ ਉਹਦੇ ਵਿੱਚ ਹੈਗੀਆਂ। ਉਹ ਜਿੱਦਾਂ ਸੌਂਦੀ ਆ, ਮੇਰੇ ਮੋਮ ਆਸਟ੍ਰੇਲੀਆ ਸੀਗੇ ਅਤੇ ਮੈਂ ਮੋਮ ਨੂੰ ਫੋਟੋ ਭੇਜੀ, ਮੈਂ ਆਹ ਦੇਖੋ ਕਿਵੇਂ ਸੁੱਤੀ ਆ, ਅਤੇ ਉਹ ਪੂਰੀ ਡੈਡ ਤਰ੍ਹਾਂ ਸੌਂਦੀ ਆ, ਇੱਕ ਹੱਥ ਐਂ ਰੱਖ ਕੇ ਇੱਕ ਹੱਥ, ਮਤਲਬ ਟੈਨਸ਼ਨ 'ਚ ਸੌਂਦੀ ਆ। ਮੇਰੇ ਡੈਡ ਹਮੇਸ਼ਾ ਟੈਨਸ਼ਨ 'ਚ ਸੁੱਤੇ, ਵਿਚਾਰੇ ਨੇ ਮਿਹਨਤ ਹੀ ਇੰਨੀ ਕੀਤੀ, ਹਮੇਸ਼ਾ ਸੌਂਦੇ ਵੀ ਟੈਨਸ਼ਨ 'ਚ ਸੀਗੇ, ਉੱਠਦੇ ਵੀ ਟੈਨਸ਼ਨ 'ਚ। ਟਰੱਕਾਂ ਦਾ ਬਿਜ਼ਨਸ ਸੀ ਸਾਡਾ ਅਤੇ ਬੱਦਲ ਗਰਜਣੇ ਅਤੇ ਟੈਨਸ਼ਨ ਪੈਣੀ ਕਿ ਯਾਰ ਮਾਲ ਨਾਲ ਗਿੱਲਾ ਹੋ, ਅਸੀਂ ਉਹ ਟੈਨਸ਼ਨਾਂ ਵੇਖੀਆਂ ਨੇ। ਅਸੀਂ ਉਹ ਫਾਦਰ ਨੂੰ ਹੁਣ ਨਾ ਵੇਖਿਆ, ਮਤਲਬ ਉਹਨੇ ਤੇ ਉਹ ਵਿਚਾਰੀ ਉਹ ਵੀ ਟੈਨਸ਼ਨ, ਮੈਂ ਤੈਨੂੰ ਕਾਹਦੀ ਟੈਨਸ਼ਨ ਨਾ, ਤੈਨੂੰ ਕਾਹਦੀ ਟੈਨਸ਼ਨ ਆ। ਸੋ ਉਹ ਟਰੈਵਲ ਕਰਦੀਆਂ ਨੇ ਚੀਜ਼ਾਂ ਜੀ। ਹੁਣ ਅਖੀਰ ਦੇ ਵਿੱਚ ਜੀ ਤੁਸੀਂ ਗਾਣੇ ਬਾਰੇ ਕੀ ਕਹੋਗੇ, ਕਿਉਂਕਿ ਸਾਡੇ ਮੀਡੀਆ ਸਾਥੀ ਬੈਠੇ ਨੇ ਹੋਰ ਵੀ ਵੇਟ ਕਰ ਰਹੇ ਨੇ ਅਤੇ ਆਪਾਂ। ਬਿਲਕੁਲ ਜੀ, ਬਸ ਸਾਡਾ 10 ਵਜੇ ਕੱਲ੍ਹ ਧੀਏ ਗੀਤ ਆ ਰਿਹਾ ਹੈ, ਬਹੁਤ ਪਿਆਰਾ ਹੈ, ਬਹੁਤ ਇੱਕ ਧੀ ਅਤੇ ਮਾਂ ਅਤੇ ਧੀ ਦਾ ਜਿਹੜਾ ਰਿਸ਼ਤਾ ਹੈ ਉਹ ਆਪਣੇ ਜਿਹੜੇ ਹਾਵ ਭਾਵ ਜਿਹੜੇ ਇਮੋਸ਼ਨਸ ਉਹ ਦਰਸਾਏ ਨੇ, ਅਤੇ ਦੇਖਿਓ ਜ਼ਰੂਰ, ਦੇਖ ਕੇ ਦੱਸਿਓ ਤੁਹਾਨੂੰ ਗੀਤ ਕਿਹਾ ਜਿਹਾ ਲੱਗਿਆ। ਬਹੁਤ ਪਿਆਰਾ ਅਤੇ ਬੜੀ ਮਿਹਨਤ ਦੇ ਨਾਲ ਬਣਾਇਆ ਗਿਆ, ਅਤੇ ਵੀਰ ਸਿੰਘ ਜੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਸੋਹਣਾ ਲਿਖਦੇ ਅਤੇ ਗਾਉਂਦੇ ਨੇ। ਰਾਈਟ। ਸੋ ਹੁਣ ਭਾਅ ਜੀ ਅਖੀਰ ਦੇ ਵਿੱਚ ਤੁਸੀਂ ਕੀ ਕਹੋਗੇ, ਕਿਉਂਕਿ ਸਮੇਂ ਦੀ ਥੋੜ੍ਹੀ ਪਾਬੰਦੀ ਸੀਗੀ, ਆਪਾਂ ਜ਼ਰੂਰ ਇਨਸ਼ਾਅੱਲਾ ਲੰਬੀ ਚੌੜੀ ਗੱਲਬਾਤ ਕਰਾਂਗੇ ਕਦੇ। ਬਿਲਕੁਲ, ਮੈਂ ਗੀਤ ਬਾਰੇ ਤਾਂ ਇਹੀ ਕਹੂੰਗਾ ਕਿ ਇਹ ਤੁਸੀਂ ਨਾ ਭਾਵੇਂ ਧੀਏ ਆ, ਪਰ ਤੁਸੀਂ ਜੇ ਬ੍ਰਦਰ ਦੇ ਪੁਆਇੰਟ ਆਫ ਵਿਊ ਨਾਲ ਵੀ ਵੇਖੋਗੇ, ਫਾਦਰ ਦੇ ਪੁਆਇੰਟ ਆਫ ਵਿਊ ਨਾਲ ਵੇਖੋਗੇ, ਤੁਹਾਨੂੰ ਆਪਣਾ ਕਿਰਦਾਰ ਤੁਹਾਨੂੰ ਉਸ ਗਾਣੇ 'ਚ ਨਜ਼ਰ ਆਊਗਾ। ਇਹ ਗਾਣਾ ਇੱਕ ਡਾਇਰੈਕਟਰ ਨੇ ਨਹੀਂ ਬਣਾਇਆ, ਇਹ ਗਾਣਾ ਇੱਕ ਫਾਦਰ ਨੇ ਬਣਾਇਆ, ਅਤੇ ਤੁਸੀਂ ਜ਼ਰੂਰ ਦੇਖਿਓ। ਇਹ ਗਾਣਾ ਮੈਂ ਆਪਣੀ ਬੇਟੀ ਨੂੰ ਡੈਡੀਕੇਟ ਕੀਤਾ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਮੁਲਾਕਾਤ ਕਿਵੇਂ ਦੀ ਲੱਗੀ ਹੈ ਜੀ, ਕੀਮਤੀ ਪ੍ਰਤੀਕਿਰਿਆ ਜ਼ਰੂਰ ਦੇਣਾ। ਥੈਂਕ ਯੂ ਸੋ ਮਚ।